ਸਿੱਖ ਆਗੂਆਂ ਨੇ SGPC ਚੋਣਾਂ ਸੰਬੰਧੀ ਚੋਣ ਕਮਿਸ਼ਨਰ ਨਾਲ ਕੀਤੀ ਮੁਲਾਕਾਤ। ਭਾਈ ਰਾਜੂਆਣਾ ਦੀ ਚਿੱਠੀ ਤੋਂ ਬਾਅਦ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ SGPC ਨੂੰ ਆਦੇਸ਼। ਗੈਂਗਸਟਰ ਲੋਰਿਸ ਬਿਸ਼ਨੋਈ ਦੀ ਇੰਟਰਵਿਊ ਕਾਰਨ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੀ ਫਟਕਾਰ। 8 ਨਵੰਬਰ 2023 ਨੂੰ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਬਣ ਰਹੀਆਂ ਵੋਟਾਂ ਨੂੰ ਮੁੱਖ ਰੱਖ ਕੇ ਹੋਣ ਵਾਲੀ ਧਾਂਦਲੀ ਅਤੇ ਪੱਖਪਾਤ ਨੂੰ ਰੋਕਣ ਲਈ ਚੰਡੀਗੜ੍ਹ ਦੇ 17 ਸੈਕਟਰ ਵਿਖੇ ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਨਾਲ ਬਲਦੇਵ ਸਿੰਘ ਡਾਲਾ, ਕੌਮੀ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ, ਪਤਵੰਤੇ ਸੇਵਾਦਾਰ ਨਾਲ ਇੱਕ ਵਫਦ ਦੇ ਰੂਪ ਵਿੱਚ ਮਿਲੇ। ਲੰਮਾ ਸਮਾਂ ਵਿਚਾਰ ਵਟਾਂਦਰਾ ਹੋਇਆ ਅਤੇ ਸਖ਼ਤੀ ਨਾਲ ਕਦਮ ਚੁੱਕੇ ਜਾਣ ਲਈ ਇੱਕ ਚਿੱਠੀ ਵੀ ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਨੂੰ ਦਿੱਤੀ ਗਈ, ਜਿਸ ਦਾ ਵਿਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਿਰਪੱਖ ਧਾਂਦਲੀ ਮੁਕਤ ਚੋਣਾਂ ਕਰਵਾਉਣਾ ਅਤੇ ਵੋਟਾਂ ਬਣਾਉਣ ਹਿੱਤ ਜ਼ਰੂਰੀ ਕਦਮ ਚੁੱਕਣ ਸੰਬੰਧੀ ਸੀ। ਇਸ ਵਿੱਚ ਇਹ ਵੀ ਕਿਹਾ ਹੈ ਕਿ ਜਿੱਥੇ ਆਪ ਜੀ ਦੇ ਮੁੱਖ ਚੋਣ ਆਯੁਕਤ ਨਿਯੁਕਤ ਹੋਣ 'ਤੇ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਧਾਂਦਲੀ ਮੁਕਤ ਅਤੇ ਪ੍ਰਭਾਵ ਮੁਕਤ ਨਿਰਪੱਖ ਚੋਣਾਂ ਹੋਣ ਦੀ ਉਮੀਦ ਜਾਗੀ ਹੈ। ਉੱਥੇ ਪਿਛਲੇ ਤਜਰਬੇ ਦੇ ਆਧਾਰ 'ਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਕੁਝ ਹੇਠ ਲਿਖੇ ਅਨੁਸਾਰ ਇਹ ਸੁਝਾਅ ਰੱਖ ਰਹੇ ਹਾਂ। ਆਸ ਹੈ ਕਿ ਆਪ ਜੀ ਸੰਵਿਧਾਨ, ਕਾਨੂੰਨ ਅਤੇ ਜਮਹੂਰੀਅਤ ਦੇ ਉੱਜਲ ਭਵਿੱਖ ਲਈ ਇਹਨਾਂ 'ਤੇ ਜ਼ਰੂਰ ਗੌਰ ਫਰਮਾਓਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਨਵੇਂ ਸਿਰੇ ਤੋਂ ਵੋਟਾਂ ਬਣਾਉਣ ਦੀ ਬਜਾਏ ਕਿਉਂ ਨਾ BLO, ERO, ਸੁਪਰਵਾਈਜ਼ਰ, SDM, DC, ਚੀਫ ਕਮਿਸ਼ਨਰ ਰਾਹੀਂ ਸਾਲ ਵਿੱਚ 2-2 ਵਾਰ ਸਰਵੇ ਕਰਕੇ ਪੰਚਾਇਤੀ, MC, ਵਿਧਾਨ ਸਭਾ, ਲੋਕ ਸਭਾ ਚੋਣਾਂ ਲਈ ਬਣਾਈਆਂ ਪ੍ਰਮਾਣਿਤ ਵੋਟਾਂ ਵਿੱਚੋਂ ਹੀ ਸਿੰਘ ਅਤੇ ਕੋਰ ਵਾਲੀਆਂ ਵੋਟਾਂ ਵੱਖ ਕਰ ਲਈਆਂ ਜਾਣ, ਜਿਸ ਕਰਕੇ ਵੋਟਾਂ ਬਣਾਉਣ ਵੇਲੇ ਸਰਕਾਰ, ਪ੍ਰਸ਼ਾਸਨ ਅਤੇ ਲੋਕਾਂ ਦੀ ਖੱਜਲ ਖੁਆਰੀ ਦੇ ਨਾਲ ਨਾਲ ਹੋਣ ਵਾਲੇ ਖਰਚੇ ਅਤੇ ਬਰਬਾਦ ਹੋ ਰਹੇ ਸਮੇਂ ਨੂੰ ਵੀ ਬਚਾਇਆ ਜਾ ਸਕਦਾ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਉੱਦਮ ਨਾਲ ਧਾਂਦਲੀ, ਪੱਖਪਾਤ ਅਤੇ ਸਿੱਖਾਂ ਦੀ ਪੰਜਾਬ ਵਿੱਚ ਘਟਾਈ ਜਾਣ ਵਾਲੀ ਗਿਣਤੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹਰੇਕ ਨਾਨਕ ਨਾਮਲੇਵਾ ਖਾਲਸਾ ਪੰਥ ਦੇ ਵਾਰਿਸ ਸਿੱਖ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਸਕਦਾ ਹੈ। ਉਹਨਾਂ ਕਿਹਾ ਕਿ ਇਸ ਨਾਲ ਹਰ ਵਾਰ ਵੋਟਰ ਲਈ ਨਵੇਂ ਸਿਰਿਓਂ ਨਵੇਂ ਪੱਤਰ ਬਣਾਉਣ ਦੀ ਲੋੜ ਨਹੀਂ ਪਵੇਗੀ ਅਤੇ ਵੋਟਰਾਂ ਨੂੰ ਵੀ ਪੱਕੇ ਤੌਰ 'ਤੇ ਵੋਟਰ ਪੱਤਰ ਮੁਹੱਈਆ ਹੋ ਸਕਣਗੇ। ਉਹਨਾਂ ਨੇ ਕਿਹਾ ਕਿ ਬਾਹਰ ਸ਼ਰਤ 'ਤੇ ਲਾਜ਼ਮੀ ਹੋਵੇ ਕਿ ਵੋਟ ਪਾਉਣ ਦਾ ਅਧਿਕਾਰ ਕੇਵਲ ਸਾਬਤ ਸੂਰਤ ਸਿੱਖ ਜਾਂ ਉਸ ਬੀਬੀ ਨੂੰ ਹੀ ਹੋਵੇ ਜੋ 10 ਗੁਰੂ ਸਾਹਿਬਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖੰਡੇ ਦੀ ਪੋਲ 'ਤੇ ਨਿਸ਼ਚਾ ਰੱਖਦੇ ਹੋਣ। ਗਲਤ ਜਾਣਕਾਰੀ ਦੇਣ ਵਾਲੇ ਜਾਂ ਗਲਤ ਵੋਟ ਪਾਉਣ ਵਾਲੇ 'ਤੇ ਕਾਨੂੰਨ ਮੁਤਾਬਕ ਤੁਰੰਤ ਕਾਰਵਾਈ ਹੋਵੇ। ਇਸ ਚੋਣ ਨੂੰ ਧਾਂਦਲੀ ਮੁਕਤ ਕਰਨ ਲਈ ਵੱਖਰੇ ਤੌਰ 'ਤੇ ਮੌਜੂਦਾ ਪੁਖਤਾ ਪ੍ਰਬੰਧ ਹੋਣ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਆਪ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਨੂੰ ਵੱਖਰੇ ਤੌਰ 'ਤੇ ਹੀ ਬਣਾਉਣ ਨੂੰ ਮੁਨਾਸਿਬ ਸਮਝਦੇ ਹੋ ਤਾਂ ਫਿਰ ਉਪਰੋਕਤ ਲਿਖੇ ਅਨੁਸਾਰ ਵੋਟਾਂ ਬਣਾਉਣ ਦਾ ਕਾਰਜ ਵਿਧਾਨ ਸਭਾ, ਲੋਕ ਸਭਾ ਦੀਆਂ ਵੋਟਾਂ ਦੀ ਤਰ੍ਹਾਂ BLO, ERO, ਸੁਪਰਵਾਈਜ਼ਰ, DMC, SDM, DC, ਚੀਫ ਕਮਿਸ਼ਨਰ ਰਾਹੀਂ ਘਰ ਘਰ ਜਾ ਕੇ ਬਣਾਈਆਂ ਜਾਣ ਜਾਂ ਸ਼ਹਿਰ, ਨਗਰ, ਕਸਬੇ 'ਚ ਬਣੇ ਗੁਰੂ ਘਰਾਂ 'ਚ ਪ੍ਰਬੰਧ ਕੀਤੇ ਜਾਣ ਤਾਂ ਕਿ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਖੱਜਲ ਖੁਆਰੀ, ਪੱਖਪਾਤ ਅਤੇ ਧਾਂਦਲੀ ਨੂੰ ਰੋਕਿਆ ਜਾ ਸਕੇ। ਪਿਛਲੇ 21 ਅਕਤੂਬਰ ਤੋਂ ਇਹ ਸਾਹਮਣੇ ਆਇਆ ਹੈ ਕਿ ਜਦੋਂ ਪਰਿਵਾਰ ਇਕੱਠੇ ਹੋ ਕੇ ਜਾਂਦੇ ਹਨ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਇਕੱਠੇ ਹੋ ਕੇ ਕਿਉਂ ਆਏ। ਅਗੋ ਦਫ਼ਤਰ 'ਚ ਬੈਠਾ ਸਟਾਫ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਨਹੀਂ, ਇਹ ਵੀ ਦੱਸਣ ਲਈ ਕੋਈ ਤਿਆਰ ਨਹੀਂ ਕਿ ਫਾਰਮ ਗਲਤ ਹੈ ਜਾਂ ਸਹੀ, ਦਸਤਾਵੇਜ਼ ਪੂਰੇ ਹਨ ਜਾਂ ਨਹੀਂ। ਵੋਟਰ ਫਾਰਮ ਉੱਤੇ ਦਫ਼ਤਰੀ ਮੋਹਰ ਨਾ ਹੋਣ ਕਰਕੇ 3 ਤਰ੍ਹਾਂ ਦੇ ਫਾਰਮ ਭਰੇ ਜਾ ਰਹੇ ਹਨ ਅਤੇ ਵੰਡੇ ਜਾ ਰਹੇ ਹਨ, ਜਿਸ ਦਾ ਕਿਸੇ ਕੋਲ ਕੋਈ ਜਵਾਬ ਨਹੀਂ। ਅਨੁਸੂਚਿਤ ਜਾਤੀ ਦਾ ਵੇਰਵਾ ਦਿੱਤਾ ਹੋਣ ਕਰਕੇ ਕੁਝ ਭੁਲੇਖੇ ਵਿੱਚ 2 ਥਾਵਾਂ 'ਤੇ ਹਸਤਾਕਸ਼ਰ ਕਰਨਗੇ। ਉਹਨਾਂ ਵੋਟਰਾਂ ਦੀਆਂ ਜਾਂ ਤਾਂ 2 ਵੋਟਾਂ ਬਣਨਗੀਆਂ ਜਾਂ 1 ਵੀ ਕੱਟੀ ਜਾਵੇਗੀ, ਜਿਸ ਕਰਕੇ ਬਹੁਗਿਣਤੀ ਵੋਟਰ ਵਾਂਝੇ ਰਹਿ ਸਕਦੇ ਹਨ ਜੋ ਚੋਣ ਨਤੀਜਿਆਂ ਨੂੰ ਉਲਟ ਪੁਲਟ ਕਰ ਸਕਦੇ ਹਨ, ਜਿਸ ਨਾਲ ਜਮਹੂਰੀਅਤ, ਸੰਵਿਧਾਨ, ਕਾਨੂੰਨ ਦੀ ਖਿੱਲੀ ਉੱਡੇਗੀ, ਲੋਕਾਂ ਦਾ ਵਿਸ਼ਵਾਸ ਟੁੱਟਣ ਦੇ ਨਾਲ ਨਾਲ ਦੁਨੀਆ ਭਰ ਵਿੱਚ ਬਦਨਾਮੀ ਵੀ ਹੋਵੇਗੀ। ਉਹਨਾਂ ਨੇ ਹਰੇਕ ਵੋਟਰ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਵੀ ਮੰਗ ਕੀਤੀ ਹੈ। ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਲ 2012 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 5 ਸਿੰਘ ਸਾਹਿਬਾਨਾਂ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਭਾਈ ਬਲਵੰਤ ਸਿੰਘ ਰਾਜੂਆਣਾ ਦੀ ਰਿਹਾਈ ਲਈ ਹਰ ਸੰਭਵ ਯਤਨ ਕੀਤੇ ਜਾਣ। ਸਿੰਘ ਸਾਹਿਬ ਨੇ 5 ਸਿੰਘ ਸਾਹਿਬਾਨਾਂ ਵੱਲੋਂ ਹੋਏ ਆਦੇਸ਼ ਨੂੰ ਲਾਗੂ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਕੀਤਾ ਹੈ ਕਿ ਉਹ ਸਿੱਖ ਸੰਗਤ, ਦਲ, ਪੰਥ, ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ, ਸੰਪਰਦਾਵਾਂ, ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ, ਟਕਸਾਲਾਂ, ਸੰਤਾਂ, ਮਹਾਂਪੁਰਖਾਂ, ਵਿਦਵਾਨਾਂ, ਬੁੱਧੀਜੀਵੀਆਂ ਅਤੇ ਸਮੁੱਚੇ ਸਿੱਖ ਪੰਥ ਨੂੰ ਨਾਲ ਲੈ ਕੇ ਵੱਡੀ ਰਣਨੀਤੀ ਉਲੀਕੇ, ਜਿਸ ਨਾਲ ਭਾਈ ਬਲਵੰਤ ਸਿੰਘ ਰਾਜੂਆਣਾ ਦੀ ਰਿਹਾਈ ਅਤੇ ਪਿਛਲੇ ਸੰਘਰਸ਼ ਦੌਰਾਨ ਜੇਲ੍ਹਾਂ ਵਿੱਚ ਬੰਦ ਲੰਮੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੌਮੀ ਯੋਧਿਆਂ ਨੂੰ ਤੁਰੰਤ ਰਿਹਾਅ ਕਰਵਾਇਆ ਜਾ ਸਕੇ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੇਸ਼ ਦੇ ਸੰਵਿਧਾਨ ਅਨੁਸਾਰ ਸਟੇਟਾਂ ਦੇ ਵਿਧਾਨ ਸਭਾ ਮੈਂਬਰ, ਕੇਂਦਰ ਸਰਕਾਰ ਦੇ ਮੈਂਬਰ ਪਾਰਲੀਮੈਂਟ ਚੋਣ ਪ੍ਰਕਿਰਿਆ ਰਾਹੀਂ ਲੋਕਾਂ ਦੀਆਂ ਵੋਟਾਂ ਰਾਹੀਂ ਚੁਣੇ ਜਾਂਦੇ ਹਨ ਅਤੇ ਪ੍ਰਧਾਨ ਮੰਤਰੀ, ਦੇਸ਼ ਦੇ ਰਾਸ਼ਟਰਪਤੀ ਵੀ ਇਸੇ ਵਿਧੀ ਨਾਲ ਚੋਣ ਪ੍ਰਕਿਰਿਆ ਰਾਹੀਂ ਹੀ ਚੁਣਿਆ ਜਾਂਦਾ ਹੈ ਅਤੇ ਅੱਗੇ ਸੂਬਿਆਂ ਦੇ ਗਵਰਨਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ 1925 ਤੋਂ ਹੀ ਵੋਟਾਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਹੁੰਦੀ ਹੈ, ਜਿਨ੍ਹਾਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਪ੍ਰਧਾਨ ਚੁਣਿਆ ਜਾਂਦਾ ਹੈ।
वड्डे लोकतंत्र की दुहाई देने वाले हुक्मरान देश के संविधान अनुसार चुनी हुई संस्था श्रोमणी गुरुद्वारा प्रबंधक कमेटी के प्रधान नूं भाई बलवंत सिंह राजोआणा की रिहाई के मामले से दस्तखती मुहिम दौरान संगत वालों लखों की गिनती में भरे फार्मा लैण लई पंजाब के गवर्नर वालों मिलन का समा ना देना बहुत ही मंदभागा सिख कौम नाल वड्डी बेइंसाफी और देश के संविधान की भी उलंघना है। ज्ञानी रघबीर सिंह ने कहा कि देश की आजादी लिए वड्डियां कुर्बानियां करने वाली सिख कौम नाल सरकारां वालों अजिहे किए जा रहे विहार नूं सिख कौम कदे बर्दाश्त नहीं करेगी। भाई बलवंत सिंह राजोआणा दे केस ते केंद्र सरकार जल्द तो जल्द रिहाई का ऐलान करे और लंबी सजावां पूरियां कर चुके कौमी योद्धियां नूं तुरंत रिहा करके सिख कौम दे हिरदिआं नूं शांत करे। ऐसे विच ही देश की भलाई है क्योंकि सिखां ने देश का हर मुश्किल समय मोढ़े नाल मोढ़ा जोड़ के साथ दिता है। जेल चो हुई गैंगस्टर लोरेंस बिश्नोई की इंटरव्यू के एक बार फिर चर्चे हो रहे हैं। हाई कोर्ट ने लोरेंस बिश्नोई की जेल चो हुई इंटरव्यू के मसले से अज सुनवाई की सवाल भी चुके। हाई कोर्ट ने इस मामले में पंजाब सरकार को झाड़ पाई है। इस दे नाल ही हाई कोर्ट ने पंजाब सरकार तो जवाब भी मंगया है। हाई कोर्ट के डबल बैच ने सो मोटो लेंदिया यह सुनवाई की। इस दे नाल ही हाई कोर्ट ने सरकार को यह सवाल भी किया है कि इस मामले की जांच लई जिहड़ी SIT की टीम बनाई गई सी इन्होंने अजे तक इस मामले में किन्नी कु जांच अगे वधाई है अते जांच कित्थे तक पहुंची है कि कार्रवाई की गई है इस बारे जानकारी भी मंगी है। इत्थे जिक्र योग है कि गैंगस्टर लोरेंस बिश्नोई की एक चैनल से इंटरव्यू हुई सी तां इह पंजाब विच चर्चा का विशा बन गई सी जिस तो बाद पंजाब दे DGP ने स्टेटमेंट दी सी कि यह इंटरव्यू पंजाब दी जेल चो नहीं हुई सी। अजे यह मामला ठंडा नहीं होया सी कि लोरेंस बिश्नोई दी एक बार फिर दूजी इंटरव्यू सामने आ गई जिसका DGP ने अजे तक जवाब नहीं दिता। इस तो बाद यह मामला हुण सामने आया है। जिला मुक्तसर विच पिछले 10 महीनों दौरान पानी के 35% नमूने फेल हो गए हैं। जानकारी अनुसार सेहत विभाग दी टीमां ने अक्तूबर के अखीर तक पानी के 141 नमूने लए सन जिन्हां विचों 50 सैंपल फेल हुए हैं। फेल हुए पानी के नमूनों विच बैक्टीरिया अते होर जहरीले तत्तां की मात्रा तय सीमा तो वध पाई गई है। विभागी सूत्रां अनुसार सेहत विभाग दी टीमां वल्लों रेलवे स्टेशनां बस अड्डियां सरकारी दफ्तरां स्कूलां पुलिस थाणियां होटलां रेस्तरां सने वाटर वर्क्स ते RO वाटर ट्रीटमेंट प्लांट तों जमीनदोज़ अते नहरी पानी के नमूने लए गए सन। हेल्थ इंस्पैक्टर ने दसिया कि कुछ थावां ते पानी विच TDS दा पद्धर लोड़ींदी मात्रा PPM तो वध पाया गया है। मुक्तसर दी चीफ मैडिकल अफसर ने दसिया कि पानी दे नमूनियां दी रिपोर्टां आउण मगरों पानी नूं क्लोरीन पा के सोधिया है अते कुछ मामलियां विच पानी बदलण लई विभागां नूं लिखिया गया है। जिक्र योग है कि जिले के कुछ खेतरां विच धरती हेठला पानी मनुखी वरतों लई योग नहीं रहा जिस कारण कई RO वाटर ट्रीटमेंट प्लांट बंद पए हन। प्लांट बंद होने कारण खेतर विच पानी का संकट होर डूंगा हो गया है। सरकार वालों ये प्लांट कुछ प्राइवेट कंपनियां दे सहयोग नाल लगाए गए सन। मौजूदा समय पिंडा विच गरीब लोग नहरी पानी ते निर्भर हैं। दस दी कि जिला मुक्तसर विच साल 2022 विच 47% पानी के नमूने फेल हुए सन। उसे वेले सेहत विभाग दी टीमां ने जिले विच वख-वख थावां तों पानी के 424 नमूने लए सन जिन्हां विचों 200 सैंपल फेल हो गए सन। पराली साड़न के मुद्दे से सियासत गरमाई हुई है। इस दरमियान श्रोमणी अकाली दल बादल ने दिल्ली सरकार से वड्डे इल्जाम लाए हैं। अकाली दल के बुलारे अर्शदीप सिंह कलेर ने कहा कि दिल्ली विचले प्रदूषण नूं पंजाब दे किसानां अते झोने की पराली सिर मड़ के अज फिर आम आदमी पार्टी सरकार ने सुप्रीम कोर्ट विच खड़ के पंजाब दी पिठ विच छूरा मारिया है। बायो डीकंपोज कोल उपलब्ध कराने विच नाकामयाब रहे केजरीवाल अते भगवंत मान नूं स्पष्ट करना चाहिदा है कि एडवोकेट जनरल पंजाब ने किसदे कहण ते कोर्ट विच पंजाब दा पक्ष रखण दी थां पंजाब दे विरुद्ध बयान दित्ते हन। देखो पहला पंजाब दे नाल पानीयां दे मसले ते धोखा करन वाली आम आदमी पार्टी दी सरकार ने अज किसानां दी पिठ दे विच छुरा मारिया। सुप्रीम कोर्ट दे विच खड़े होके पंजाब सरकार ने दिल्ली दे प्रदूषण लई पंजाब नूं ही जिम्मेवार ठहराता। जबकि एक चीज बिल्कुल क्लीयर है कि जिहड़ा दिल्ली दे विच प्रदूषण है वह फैक्ट्रियां दा धुआं है वह किसानां करके नहीं पर साडी पंजाब सरकार दे एडवोकेट जनरल साहब ने दिल्ली दे विच खड़े होके सलाह दित्ती कि पंजाब दे विच झोने की बिजाई बंद कर देनी चाहीदी है। झोने दे उत्ते जिहड़ी केंद्र सरकार MSP दे रही है उहनूं बंद कर देना चाहीदा। मैं जो पुछना चाहुंदा अरविंद केजरीवाल नूं ते भगवंत मान साहब नूं जिहड़े BJP 3 काले कानून लिआए सी हालांकि सब तो पहला वह दिल्ली च अरविंद केजरीवाल ने लागू किए सी। देश ने लड़ाई लड़ी किसानों ने लड़ाई लड़ी और MSP उहदे च एक बहुत वड्डा मुद्दा सी किसानों की लड़ाई सी MSP दी ते भगवंत मान साहब की सरकार केड़े हक दे